ਅੱਛੀ ਗੱਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਸੀਂ ਕੁਲਜੀਤ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਇਟਲੀ ਦੀ ਇਮੀਗ੍ਰੇਸ਼ਨ ਬਾਰੇ ਇਟਲੀ ਦੀ ਇਮੀਗ੍ਰੇਸ਼ਨ ਦੇ ਉੱਤੇ ਸਰਕਾਰ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਕਾਨੂੰਨ ਨਹੀਂ ਬਣਾਇਆ ਨਾ ਬਣਾਉਣ ਦਾ ਕਾਰਨ ਇਹ ਸੀ ਕਿ ਸਰਕਾਰ ਐਸ ਟਾਈਮ ਬਜਟ ਵਾ ਜਿਹੜਾ ਪਾਸ ਕਰਨ ਦੇ ਵਿੱਚ ਲੱਗੀ ਹੋਈ ਸੀ ਜੋ ਅਸੀਂ ਅੱਜ ਦੀਆਂ ਖਬਰਾਂ ਦੇ ਵਿੱਚ ਦੇਖਾਂਗੇ ਕਿ ਸਰਕਾਰ ਨੇ ਇਹਦੇ ਵਿੱਚ ਪਾਸ ਕੀ ਕੀਤਾ ਕਿਹੜੇ ਕਾਨੂੰਨ ਪਾਸ ਹੋਏ ਨੇ ਤੇ ਕਿਹੜੇ ਕਾਨੂੰਨ ਫਿਲਹਾਲ ਪਾਸ ਨਹੀਂ ਹੋਏ ਔਰ ਜੇਕਰ ਤੁਸੀਂ ਇਟਾਲੀਅਨ ਸਿੱਖਣਾ ਚਾਹਦੇ ਹੋ ਤਾਂ ਘਰ ਬੈਠੇ ਹੀ ਸਿੱਖ ਸਕਦੇ ਹੋ 353 322 1908 WhatsApp ਕਰੋ ਤੇ ਆਪਣੀਆਂ ਕਲਾਸਾਂ ਬੁੱਕ ਕਰੋ ਇਮੀਗ੍ਰੇਸ਼ਨ ਦੀ ਗੱਲ ਕਰਦੇ ਹੁਣ ਜਿਹੜੀ ਆ ਕਦੇ ਵੀ ਨਿਊਜ਼ ਆ ਸਕਦੀ ਹੈ ਕਿਉਂਕਿ ਬਜਟ ਪਾਸ ਹੋ ਗਿਆ ਕਾਨੂੰਨ ਪਾਸ ਹੋ ਗਿਆ ਤੇ ਹੁਣ ਸਰਕਾਰ ਅਸੀਂ ਇੱਕ ਸਮ ਦੇ ਨਾਲ ਕਹਿ ਸਕਦੇ ਹਾਂ ਕਿ ਵੈਲੀ ਆ ਤੇ ਸਰਕਾਰ ਤੋਂ ਬਾਅਦ ਇੱਕ ਹੋਰ ਅਪਡੇਟ ਆ ਰਿਹਾ ਜੀ ਕਿ ਬਲੋਨੀਆ ਦੇ ਵਿੱਚ ਜਿਹੜੀਆਂ ਰਾਤ ਨੂੰ ਬੱਸਾਂ ਚੱਲੜੀਆਂ ਨੇ ਰਾਤ ਵਾਲੀਆਂ ਬੱਸਾਂ ਦੀ ਇੱਕ ਨਵੀਂ ਸੇਵਾ ਬਲੋਨੀਆ ਦੇ ਵਿੱਚ ਸ਼ੁਰੂ ਹੋਣ ਜਾਣੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 6 ਲੱਖ ਬੰਦਿਆਂ ਦੇ ਲਈ ਇਹ ਜਿਹੜੀਆਂ ਬੱਸਾਂ ਚੱਲਣਗੀਆਂ ਰਾਤ ਦੇ ਜਿਹੜੇ ਨਵੇਂ ਟਾਈਮਿੰਗ ਜਿਹੜੇ ਵੀ ਬੰਦੇ ਬਲੋਨੀਆ ਦੇ ਵਿੱਚ ਰਹਿੰਦੇ ਆ ਤਾਂ ਉੱਥੇ ਆਪਣੇ ਏਰੀਆ ਦੇ ਹਿਸਾਬ ਨਾਲ ਟਾਈਮਿੰਗ ਨੂੰ ਦੇਖ ਸਕਦੇ ਪਰ ਦੇਖਦੇ ਆ ਕਾਨੂੰਨ ਕਿਹੜੇ-ਕਿਹੜੇ ਪਾਸ ਹੋਏ ਨੇ ਸਭ ਤੋਂ ਪਹਿਲਾਂ ਜਿਹੜਾ ਕਾਨੂੰਨ ਪਾਸ ਹੋਇਆ ਜੀ ਇਹ ਹੋਇਆ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਮੈਲੋਨੀਆ ਪ੍ਰੀਮੀਅਰ ਪ੍ਰਧਾਨ ਇਟਲੀ ਦੀ ਉਸਨੇ ਦਿੱਤੀ ਸਾਰਿਆਂ ਨੂੰ ਮੁਬਾਰਕ ਕਿਹਾ ਕਿ ਪਹਿਲਾ ਫੈਸਲਾ ਨਵੀਂ ਸਰਕਾਰ ਦਾ ਸਾਰਿਆਂ ਨੇ ਇਕੱਠੋ ਕੇ ਲਿਆ ਇੱਕ ਕੈਸ਼ ਦਾ ਕਾਨੂੰਨ ਜਿਹੜਾ ਜੀ ਪਾਸ ਹੋਇਆ ਕਿ ਜਿਹੜਾ ਕੈਸ਼ ਅਸੀਂ ਰੱਖ ਸਕਦੇ ਹਾਂ ਆਪਣੇ ਕੋਲ 2 1 ਜਨਵਰੀ 2023 ਤੋਂ ਹੁਣ ਜਿਹੜਾ 2000 ਦੀ ਜਗ੍ਹਾ ਸੀ 5000 ਰੁਪਏ ਤੱਕ ਕੈਸ਼ ਆਪਣੇ ਕੋਲ ਰੱਖ ਸਕਦੇ ਸਾਨੂੰ ਕਿਸੇ ਵੀ ਤਰ੍ਹਾਂ ਪੁੱਛਣ ਗਿਛਣ ਦੀ ਕਿਸੇ ਤੋਂ ਵੀ ਲੋੜ ਨਹੀਂ ਪੈਣੀ ਜੇਕਰ ਤੁਹਾਡੇ ਕੋਲ ਪੈਸੇ ਹੈ ਤਾਂ ਤੁਸੀਂ ਕਰ ਸਕਦੇ ਆ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਕਾਨੂੰਨ ਪਾਸ ਹੋਇਆ ਉਹ ਕਾਨੂੰਨ ਪਾਸ ਹੋਇਆ ਕਿਹੜਾ ਜੀ ਜਿਹੜਾ 85000 ਯੂਰੋ ਤੱਕ ਦਾ ਜਿਹੜਾ ਕੰਮ ਉਹ ਫਲੈਟ ਟੈਕਸ ਕਰ ਸਕਦਾ 15% ਤੱਕ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜੇਕਰ 1 ਲੱਖ ਤੱਕ ਕੰਮ ਜਾਂਦਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਵੀ ਜਿਹੜਾ ਫਲੈਟ ਟੈਕਸ ਇਨਕ੍ਰੀਮੈਂਟਾਲੇ ਹੋਊਗਾ ਮਤਲਬ ਸ਼ੁਰੂ ਤੋਂ ਹੀ ਫੁੱਲ ਪੈਸੇ ਨਹੀਂ ਪੈਣੇ ਥੋੜੇ ਥੋੜੇ ਜਿਹੜੇ ਹਿਸਾਬ ਦੇ ਨਾਲ ਪੈਣੇ ਆ। ਅਤੇ ਉਸ ਤੋਂ ਬਾਅਦ ਇੱਕ ਹੋਰ ਗੁੱਡ ਨਿਊਜ਼ ਗੁੱਡ ਨਿਊਜ਼ ਜਿਹੇ ਤੁਹਾਨੂੰ ਕਹਾਂਗੇ ਉਹ ਇਹ ਹੈ ਜੀ ਕਿ 3% ਤੱਕ ਡਿਸਕਾਊਂਟ ਮਿਲਣਾ ਜਿਨ੍ਹਾਂ ਦੀ ਰਾਇਦੀ ਤੋਂ ਜਾਂ ਫਿਰ ਅਸੀਂ ਇਦਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਦਾ ਰਾਇਦੀ ਤੋਂ ਅਨੂ ਉਹ ਲੋਰਦੋ ਆ 20000 ਰੋ ਤੋਂ ਉੱਠ ਹੁੰਦਾ ਤਾਂ ਉਹਨਾਂ ਨੂੰ ਜਦਾਂ ਬਿਜਲੀ ਦੇ ਵਿੱਚ ਪਾਣੀ ਦੇ ਵਿੱਚ ਜੋ ਵੀ ਹੁੰਦੇ ਨੇ ਜਿਹੜੇ ਵੀ ਸਰਕਾਰ ਵੱਲੋਂ ਮੁਆਵਜ਼ੇ ਦਿੱਤੇ ਜਾਂਦੇ ਨੇ ਤਿੰਨ ਤਿੰਨ ਪਰਸੈਂਟ ਦੀ ਜਿਹੜੀ ਆ ਛੂਟ ਮਿਲਣੀ ਆ। ਇੱਕ ਹੋਰ ਨਮ ਅਪਡੇਟ ਗੁੱਡ ਨਿਊਜ਼ ਕਿਹੜੀ ਹੈ ਜੀ ਗੁੱਡ ਨਿਊਜ਼ ਹੈ ਅਸੇਨੀਓਨਿਕੋ 50% ਵੱਧ ਗਈ ਹੈ ਅਸੇਨੀਓਨਿਕੋ ਹੁਣ ਜਿਹੜੇ 2023 ਦੇ ਵਿੱਚ 50% ਵੱਧ ਜਾਣੀ ਹੈ 1500 ਕਰੋੜ ਸਰਕਾਰ ਨੇ ਐਰੋ ਜਿਹੜਾ ਰੱਖਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਜਿੰਨੀ ਫੈਮਿਲੀ ਵੱਡੀ ਹੋਊਗੀ ਉਨੇ ਹੀ ਪੈਸੇ ਜ਼ਿਆਦਾ ਮਿਲਣਗੇ ਤੇ ਜੇਕਰ ਕਿਸੇ ਘਰ ਦੇ ਵਿੱਚ ਹੈਂਡੀਕੈਪਡ ਬੱਚਾ ਹੋਊਗਾ ਤਾਂ ਉਸ ਦੇ ਵੀ ਜਿਹੜੇ ਪੈਸੇ ਬਤਾ ਦਿੱਤੇ ਜਾਣੇ ਆ ਤੇ ਈਜ਼ੇ ਦੀ ਲਿਮਟ 40000 ਐਰੋ ਤੱਕ ਕੀਤੀ ਗਈ ਹੈ ਜਿਹੜੇ ਬੰਦੇ ਸਿਗਰਟਾਂ ਪੀਂਦੇ ਨੇ ਉਹਨਾਂ ਦੇ ਲਈ ਸਰਕਾਰ ਨੇ ਕੁਝ ਖਠੋਸ ਕਦਮ ਚੁੱਕੇ ਨੇ। ਠੋਸ ਕਦਮ ਕਿਹੜੇ ਚੱਕਿਆ ਜੀ 20 ਸੈਂਟ ਵਧਾਏ ਆ। ਸਿਗਰਟਾਂ ਦੇ ਵਿੱਚ ਇੱਕ ਪੈਕੇਟ ਜਿਹੜਾ ਹੁਣ 20 ਸੈਂਟ ਮਹਿੰਗਾ ਆਣਾ ਸਿਗਰਟਾਂ ਦਾ। ਜੇਕਰ ਤੁਸੀਂ ਤਾਂ ਬਾਕੀ ਤੋਂ ਨਾਰਮਲ ਤਬਾਕੂ ਖਰੀਦੋਗੇ ਤਾਂ ਉਹ ਤੁਹਾਨੂੰ ਹੁਣ 40 ਸੈਂਟ ਮਹਿੰਗਾ ਪੈਣਾ। ਪਹਿਲਾਂ ਜਿੰਨੇ ਦਾ ਵੀ ਮਿਲ ਰਿਆ ਸੀ ਹੁਣ ਤੁਹਾਨੂੰ ਜਿਹੜਾ 40 ਸੈਂਟ ਮਹਿੰਗਾ ਪੈਣਾ। ਉਸ ਤੋਂ ਬਾਅਦ ਕੁੰਜੇਦੋ ਪਰ 45 ਦੀ ਗੱਲਬਾਤ ਕੀਤੀ ਜਾ ਰਹੀ ਹੈ ਇਸ ਨੂੰ ਵੀ ਅਪਰੂਵਡ ਕਰ ਦਿੱਤਾ ਗਿਆ। ਜੇਕਰ ਕਿਸੇ ਦੇ ਘਰ ਦੇ ਵਿੱਚ ਬੱਚਾ ਹੁੰਦਾ ਤਾਂ ਉਹ ਮਾਂ ਜਾਂ ਬਾਪ ਘਰ रह ਸਕਦੇ ਆ ਤੇ 80% ਤੱਕ ਉਹਨਾਂ ਨੂੰ ਜਿਹੜੀ ਤਨਖਾਹ ਮਿਲਣੀ ਆ ਤੇ ਵੱਧ ਤੋਂ ਵੱਧ ਜਿਹੜਾ 1 ਮਹੀਨਾ ਉਹ ਜਿਹੜਾ ਵਧਾ ਸਕਦੇ ਆ ਆਪਣਾ ਰਹਿਣ ਦਾ ਸਮਾਂ ਉਸ ਤੋਂ ਬਾਅਦ ਪਬਲਿਕ ਸਰਕਾਰੀ ਸੈਕਟਰ ਦੇ ਵਿੱਚ ਕੰਮ ਕਰ ਰਿਹਾ ਜਾਂ ਪ੍ਰਾਈਵੇਟ 'ਚ ਕਰ ਰਿਹਾ ਉਹ ਵੱਖਰਾ ਪਰ ਫਿਰ ਵੀ ਆਪਣੇ ਮਾਲਕਾਂ ਨੂੰ ਦੱਸਿਓ ਉਹਨਾਂ ਨੇ ਆਪਣੇ ਕੁਮਰ ਚਲੇਸਤਾ ਨੂੰ ਪੁੱਛ ਕੇ ਤੁਹਾਨੂੰ ਦੱਸ ਦੇਣਾ ਜੀ ਸਭ ਤੋਂ ਵੱਡਾ ਅਪਡੇਟ ਇਹ ਪਾਸ ਹੋਇਆ ਜੀ ਕਿ ਸਰਕਾਰ ਨੇ ਇੱਕ ਬਹੁਤ ਵੱਡੀ ਅਸੀਂ ਕਹਿ ਸਕਦੇ ਹਾਂ ਚੁਣੌਤੀ ਜੋ ਕਿ ਆਪਣੇ ਜਿਨ੍ਹਾਂ ਵੀ ਬੰਦਿਆਂ ਨੇ ਕਰ ਲਏ ਸਨ ਅੱਜ ਤੋਂ 5 ਸਾਲ ਪਹਿਲਾਂ 10 ਸਾਲ ਪਹਿਲਾਂ ਜਿਨ੍ਹਾਂ ਦੇ ਕੋਲ ਵੀ ਕਰ ਨੇ ਤੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਆਪਾਂ ਮਹੀਨੇ ਦੀ ਮਹੀਨੇ ਕਿਸ਼ਤ ਦਿੰਦੇ ਆ 500 ਤੋਂ 700 800 900 ਤੱਕ ਗਈ ਜਾਂ ਫਿਰ 350 ਤੋਂ 900 ਤੱਕ ਗਈ ਜਾਂ 600 ਤੱਕ ਗਈ ਹੁਣ ਉਸ ਕਿਸ਼ਤ ਨੂੰ ਘਟਾ ਸਕਦੇ ਆ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਵੀ ਬੰਦਿਆਂ ਨੇ ਤਾਸੂ ਵਰੀਆ ਵੀ ਲੈ ਦੇ ਆਪਣੇ ਕਰਾਏ ਹੋਣ ਆ ਮੂਤੂ ਉਹ ਆਪਣੇ ਫੀਸ ਤੋਂ ਤੇ ਕਰਾ ਸਕਦੇ ਜੇਕਰ ਕਿਸੇ ਨੇ ਵੀ ਆਪਣਾ ਚੇਂਜ ਕਰਵਾਉਣਾ ਹੋਵੇ ਸਾਡੇ ਨਾਲ ਕੰਟੈਕਟ ਕਰੇ ਜੀ ਤੁਹਾਨੂੰ ਦੱਸਾਂਗੇ ਤੁਹਾਡੇ ਨੇੜ ਦੇ ਕਿਹੜੀ ਬੈਂਕਾਂ ਸਭ ਤੋਂ ਸਸਤਾ ਤਾਸੂ ਫੀਸੋ ਦਿੰਦੀ ਹੈ ਤੁਹਾਡਾ ਸੀਓ ਕਰਵਾਉਣ ਦੇ ਵਿੱਚ ਹੈਲਪ ਕਰ ਸਕਦੇ ਆ ਜੀ ਅਤੇ ਉਸ ਤੋਂ ਬਾਅਦ ਇੱਕ ਹੋਰ ਗੁੱਡ ਨਿਊਜ਼ ਆ ਜੀ ਗੁੱਡ ਨਿਊਜ਼ ਕਿਹੜੀ ਆ ਗੁੱਡ ਨਿਊਜ਼ ਇਹ ਆ ਜੀ ਕਿ ਜਿਨ੍ਹਾਂ ਵੀ ਬੰਦਿਆਂ ਨੂੰ ਜਰਮਾਨੇ ਹੋਏ ਨੇ ਸਨ 2000 ਤੋਂ ਲੈ ਕੇ 2015 ਤੱਕ ਉਹ ਬੰਦੇ ਉਹਨਾਂ ਬੰਦਿਆਂ ਦੇ ਜਿਹੜੇ ਜੁਰਮਾਨੇ ਆ ਹਜ਼ਾਰ-ਹਜ਼ਾਰ ਤੱਕ ਦੇ ਜਿਹੜੇ ਜੁਰਮਾਨੇ ਨੇ ਉਹ ਸਾਰੇ ਦੇ ਸਾਰੇ ਖਰਜ ਕੀਤੇ ਜਾਂਦੇ ਨੇ ਅਤੇ ਉਹ ਸਾਰੇ ਦੇ ਸਾਰੇ ਮਾਫ ਕੀਤੇ ਜਾਂਦੇ ਨੇ। ਅਤੇ ਉਸ ਤੋਂ ਬਾਅਦ 2019, 2020 ਅਤੇ 2021 ਦੇ ਲਈ ਜੇਕਰ ਕਿਸੇ ਵੀ ਸਿਰ ਕਰਜ਼ਾ ਹੈ ਤਾਂ ਉਸ ਨੂੰ 3% ਤੱਕ ਮਾਫ ਕੀਤਾ ਜਾਂਦਾ। ਉਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਜੀ ਵੀ ਜੀ ਇੱਕ ਗੁੱਡ ਨਿਊਜ਼ ਹੈ ਜੀ ਗੁੱਡ ਨਿਊਜ਼ ਕੀ ਹੈ ਜਿਨੇ ਬੰਦੇ ਪੈਨਸ਼ਨ ਲੈ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਨੂੰ ਵਧਾ ਦਿੱਤਾ ਗਿਆ। ਪਹਿਲਾਂ ਪੈਨਸ਼ਨ ਘੱਟ ਤੋਂ ਘੱਟ 500 ਐਰੋ ਹੁੰਦੀ ਸੀ ਹੁਣ ਉਸ 500 ਨੂੰ 600 ਰੁਪਏ ਕਰ ਦਿੱਤਾ ਗਿਆ ਜਿਨ੍ਹਾਂ ਦੀ ਉਮਰ 75 ਸਾਲ ਜਾਂ 75 ਸਾਲ ਤੋਂ ਉੱਤੇ ਆ ਤੇ ਉਸ ਤੋਂ ਬਾਅਦ ਜਿਹੜੀ ਨਾਰਮਲ ਤਨਖਾਹ ਸੌਰੀ ਤਨਖਾਹ ਜਾਂ ਪੈਨਸ਼ਨ ਨੇ ਕੀ ਹੀ ਗੱਲ ਹੈ ਜਿਹੜੀ ਨਾਰਮਲ ਪੈਨਸ਼ਨ ਉਸ ਨੂੰ 575 571 ਐਰੋ ਤੇ 60 ਸੈਂਟ ਕਰ ਦਿੱਤਾ ਗਿਆ ਜਿਨ੍ਹਾਂ ਦੀ 75 ਸਾਲ ਤੋਂ ਉੱਤੇ ਉਹਨਾਂ ਨੂੰ 600 ਜਿਨ੍ਹਾਂ ਦੀ ਨਾਰਮਲ ਪੈਨਸ਼ਨ ਚੱਲ ਰਹੀ ਉਹਨਾਂ ਦੀ 572 ਰੋ ਤੇ 60 ਸੈਂਟ ਜਿਹੜੀ ਆ ਕਰ ਦਿੱਤੀ ਗਈ ਹੈ ਤੇ ਹੋਰ ਵੀ ਬਹੁਤ سارے ਇਹਨਾਂ ਨੇ ਕਾਨੂੰਨ ਪਾਸ ਕੀਤੇ ਨੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਪੈਨਸ਼ਨ ਵਾ ਇਸ ਦੇ ਕਾਨੂੰਨ ਨੂੰ ਵੀ ਚੇਂਜ ਕੀਤਾ ਕਿ ਤੁਸੀਂ ਕਿੰਨੇ ਟਾਈਮ ਬਾਅਦ ਪੈਨਸ਼ਨ ਦੇ ਵਿੱਚ ਜਾ ਸਕਦੇ ਹੋ ਦੱਸਿਆ ਜਾ ਰਿਹਾ ਕਿ 62 ਸਾਲ ਦੀ ਉਮਰ ਦੇ ਵਿੱਚ ਵੀ ਬੰਦਾ ਪੈਨਸ਼ਨ ਤੇ ਜਾ ਸਕਦਾ ਸ਼ਰਤ ਕੀ ਹੈ ਜੀ ਜੇਕਰ 41 ਸਾਲ ਦਾ ਟੈਕਸ ਤਾਰਿਆ ਹੋਵੇ 41 ਸਾਲ ਦਾ ਟੈਕਸ ਤਾਰਿਆ ਹੋਵੇ ਤਾਂ ਫਿਰ ਜਿਹੜਾ ਬੰਦਾ 62 ਸਾਲ ਦੀ ਉਮਰ ਦੇ ਵਿੱਚ ਹੀ ਪੈਨਸ਼ਨ ਜਾਂਦਾ ਦਾ بس ਫਰਕ ਕੀ ਪੈਣਾ ਕਿ ਉਸ ਨੂੰ ਜਿਹੜੀ ਆ ਪੈਨਸ਼ਨ ਥੋੜੀ ਘੱਟ ਮਿਲਣੀ ਆ 50 ਉਹੀ ਜਿਹੜੇ 67 ਸਾਲ ਤੱਕ ਜਾਂਦੇ ਜਾਂਦੇ ਫਿਰ ਉਹਦੀ ਜਿਹੜੀ ਆ ਪੈਨਸ਼ਨ ਪੂਰੀ ਹੋ ਜਾਣੀ ਆ ਔਰਤਾਂ ਦੇ ਲਈ ਕੀ ਆ ਜੀ ਜੇਕਰ ਕੋਈ ਲੇਡੀਜ਼ ਆ ਬਜ਼ੁਰਗ ਔਰਤਾਂ 60 ਸਾਲ ਦੀਆਂ ਜਾ ਸਕਦੀਆਂ ਹੁਣ 58 ਸਾਲ ਦੀਆਂ ਵੀ ਜਾ ਸਕਦੀਆਂ ਉਹੀ ਸਕੀਮ ਜੇਕਰ ਉਹਨਾਂ ਦੇ ਜਿਹੜੇ ਪਹਿਲਾਂ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਕੀ ਮਿਲਣਾ ਥੋੜੀ ਜਿਹੀ ਪੈਨਸ਼ਨ ਘੱਟ ਮਿਲਣੀ ਆ 2 ਸਾਲ ਬਾਅਦ ਪੂਰੀ ਹੋ ਜਾਣੀ ਫਿਰ ਅਗਲਾ ਅਪਡੇਟ ਜੋ ਪਾਸ ਕੀਤਾ ਗਿਆ ਉਹ ਹੈ ਜੀ ਮਨੋਵਰਾ ਦੇ ਵਿੱਚ ਰਹੈਦੀ ਤੋਂ ਦੇ ਚਿੱਤਾ ਦੀ ਨਾਂਸਾ ਕਰ ਦਿੱਤਾ ਫਾਈਨਲ ਇਹ ਦੱਸਿਆ ਜਾ ਰਿਹਾ ਹੈ ਕਿ 2023 ਦੇ ਵਿੱਚ ਸਿਰਫ 7 ਮਹੀਨਿਆਂ ਦੇ ਲਈ ਹੀ ਮਿਲੇਗੀ ਸਰਕਾਰ ਵੱਲੋਂ ਸਹੂਲਤ ਫਿਰ ਆਪਣਾ ਹੀ ਲਵਸੀਲਾ ਆਪ ਕਰਨਾ ਪੈਣਾ ਪਹਿਲਾਂ 8 ਮਹੀਨੇ ਕਹਿ ਰਹੇ ਸਨ ਹੁਣ ਇਹਨਾਂ ਨੂੰ 8 ਤੋਂ ਕੱਟ ਕੇ 7 ਕਰ ਦਿੱਤਾ ਗਿਆ ਅਦੇ ਉਸ ਤੋਂ ਬਾਅਦ 6000 ਤੋਂ ਕੱਟ ਕੇ 8000 ਤੱਕ ਨੂੰ ਪਾਸ ਕਰ ਦਿੱਤਾ ਗਿਆ ਕਾਨੂੰਨ ਨੂੰ ਜੇਕਰ ਕੋਈ ਵੀ ਬੰਦਾ 35 ਸਾਲ ਦੀ ਉਮਰ ਤੋਂ ਘੱਟ ਐਸ ਟਾਈਮ ਪਰ ਇਹਨਾਂ ਨੇ ਏਜ ਨਹੀਂ ਲਿਖੀ ਸਿੱਧਾ ਇਹ ਹੀ ਲਿਖਿਆ ਜੇਕਰ ਕੋਈ ਵੀ ਬੰਦਾ ਕਿਸੇ ਨੂੰ ਫੀਸ ਤੋਂ ਕਨੈਕਟ ਕਰੂ ਤੇ ਉਸ ਨੂੰ 8000 ਐਰੋ ਤੱਕ ਦਾ ਟੈਕਸ ਜਿਹੜਾ ਮਾਫ ਹੁਣ ਅਤੇ ਉਸ ਤੋਂ ਬਾਅਦ 23 ਮਾਰਚ 2023 ਤੱਕ ਜਿਹੜੇ ਬਿੱਲ ਨੇ ਉਥੋਂ ਆਪਾਂ ਨੂੰ ਸਾਰਿਆਂ ਨੂੰ ਘਾਟ ਆਣਗੇ ਇਸ ਕਰਕੇ ਮਾਰਚ ਤੱਕ ਇਹਦੇ ਨਹੀਂ ਅਸੀਂ ਕਹਿ ਰਹੇ ਪਏ ਜਿੰਨਾ ਹੋ ਸਕੇ ਉਨੀ ਬਿਜਲੀ ਖਰਚੋ ਪਰ ਆਪਣੇ ਧਿਆਨ ਦੇ ਨਾਲ ਖਰਚੋ ਕਿਉਂਕਿ ਸਰਕਾਰ ਨੇ ਮਾਰਚ ਤੱਕ ਜਿਹੜੀ ਰਾਹਤ ਦੇ ਦਿੱਤੀ ਹੈ ਇਸ ਤੋਂ ਬਾਅਦ ਇੱਕ ਹੋਰ ਅਪਡੇਟ ਆ ਜੀ ਉਹ ਆ ਜੀ ਬੋਨਸ ਮੋਬਲੀ ਦਾ ਜਿਵੇਂ ਬੋਨਸ ਮੋਬਲੀ ਦੀ ਗੱਲ ਕਰਦੇ 2023 ਦੇ ਵਿੱਚ ਵੀ ਬੋਨਸ ਮੋਬਲੀ ਦਾ ਦੁਮੰਦਾ ਕਰ ਸਕਦੇ ਆ 50% ਤੱਕ ਸਾਨੂੰ ਪੈਸੇ ਵਾਪਸ ਆਉਂਦੇ ਆ ਪੈਸੇ ਸਾਨੂੰ ਤਕਰੀਬਨ 10 ਸਾਲਾਂ ਦੇ ਵਿੱਚ ਆਉਂਦੇ ਆ ਤੇ ਇਹ ਜਿਹੜਾ ਹੁਣ ਵੱਧ ਤੋਂ ਵੱਧ ਸਾਨੂੰ 8000 ਆ ਸਕਦੇ ਆ 50% ਜੋ ਸਾਨੂੰ ਮਿਲ ਸਕਦਾ ਅ 18 ਸਾਲ ਦੀ ਉਮਰ ਦੇ ਹੋਣ ਦੇ ਵਿੱਚ ਜਿਹੜੇ ਪੈਸੇ ਮਿਲਦੇ ਸਨ ਬੋਨਸ ਜਿਹਨੂੰ ਕੁਲਤੂਰਾ ਕਿਹਾ ਜਾਂਦਾ ਸੀ ਉਹ ਹੁਣ ਚੱਕ ਦਿੱਤਾ ਗਿਆ ਜੀ ਇਹ ਇਹਨਾਂ ਦੇ ਲਈ ਹੈ ਜਿਨ੍ਹਾਂ ਦੀ ਈਜ਼ 35000 ਕਾਟਾ ਜਾਂ ਫਿਰ ਜਿਹੜੇ 100 ਵਿੱਚੋਂ 100 ਨੰਬਰ ਲੈ ਕੇ ਪਾਸ ਹੋਣਗੇ ਉਹਨਾਂ ਨੂੰ ਹੀ ਪੈਸੇ ਮਿਲਣੇ ਆ ਸਾਰਿਆਂ ਨੂੰ ਇਹ ਜਿਹੜੇ ਪੈਸੇ ਨਹੀਂ ਮਿਲਣੇ ਇਹ ਸਾਨੂੰ ਹੁਣ ਤੱਕ ਦੇ ਕੁਝ ਖਾਸ ਅਪਡੇਟ ਜੋ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਸੀ ਤੇ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ ਮਿਲਾਂਗੇ ਜੀ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਹੀ ਇਟਾਲੀਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਪ੍ਰੋਮੋਟ ਪੇਡ ਪ੍ਰੋਮੋਸ਼ਨ ਕਰਨਾ ਚਾਹੁੰਦੇ ਹੋ 353 326 2335 WhatsApp ਕਰੋ ਜੀ